बिना पुछे 500 रुपया लाया और नहीं देनी जा लिखाई करा दूंगा हो यार जा ला ओ लिखाई करा दे ओ ला दे ओ ला दे ओ लिखाई करा दूंगा हो यार जदों देनी होए बेचनी जा यार ए ता हां बात है गल ना बेचनी नहीं बात सुन बच के मैं ता हाथ नु करो में हुने लवा दे पूरे 10 दे पूरे 10000 दे गई थी पूरे 10 दे है कि नहीं ਅਸੀਂ ਤਾਂ ਰਾਹ ਦੇਈਏ ਤੇ ਦੋਜ ਨੇ ਸਿੱਧੀ ਗੱਲ ਹੁਣ ਫਿਰ ਹੁਣ ਨਾ ਤੂੰ ਆਖੋ ਸਾਡੇ ਨਾਲ ਫੰਨਾ ਰੱਖੋ ਸਾਡੇ ਨਾਲ ਕਰਤੀ ਸਾਡੇ ਨਾਲ ਦਾ ਕਰਤੀ ਸਾਡੇ ਨਾਲ ਦਾ ਕਰਤੀ ਮੈਂ ਲਿਖਾਈ ਵੀ ਕਹਿਦਾ ਮਾ ਯਾਰ ਮੈਂ ਲਿਖਾਈ ਕਰਾ ਦੂ ਵਰਤੀ ਪਹਿਲਾਂ ਲੈ ਗੱਲ ਸੁਣ ਲਾ ਅੱਜ ਜਾਂ ਤਾਂ ਇਦੋਂ ਬਾਅਦ ਮੈਨੂੰ ਆਖੀ ਨਾ ਤੇ ਜਾਂ ਹੱਥ ਕਰ ਲਾ ਬੰਦਾ ਬਣ ਕੇ ਆ ਲਾ ਪੂਰੇ 10 ਦੀ ਲਿਖਾਈ ਤੂੰ ਕਰਾਉਣੀ ਆ ਤੂੰ ਕਰਾਉਣੀ ਆ ਲਿਖਾਈ ਲਾ ਬੱਕਰੀ ਓਏ ਲਾ ਦੇ ਨਹੀਂ ਦੇਣੀ ਯਾਰ ਜਦੋਂ ਤੈਨੂੰ ਆਖਦਾ ਯਾਰ ਦੇ ਦੇ ਯਾਰ ਬੱਕਰੀ ਯਾਰ ਦੇ ਬਈ ਲਾ ਓਏ ਦੇ ਦੇ ਗੁਰਪ੍ਰੀਤ ਹੁਣ ਯਾਰ ਪਰ ਮੈਂ ਨਹੀਂ ਜ਼ਬਾਨ ਕਰ ਲਈ ਲਿਖਾਈ ਦੇ ਗੁਰਪ੍ਰੀਤ ਲਾ ਦੇ ਬਈ ਹੁਣ ਲਾ ਦੇ ਹੋ ਗਈ ਪੂਰੇ ਚੱਲ ਜਾ ਲਾ ਦੇ ਲਾ ਵੀ ਗੁਰਪ੍ਰੀਤ ਹੁਣ ਤਾਂ ਲਾਉਣੀ ਪਊਗੀ ਉੱਥੇ ਦੇ ਬਲਿਆ ਲਾ ਦੇ ਹੁਣ ਤਾਂ ਉਹ ਲੈ ਗਈ ਹੁਣ ਅੱਗੇ ਇੱਥੇ ਲੈ ਜਾਈਂ ਸੌਦਾ ਜਾਂਦਿਆਂ ਜਾਂਦਿਆਂ ਇੱਕ ਕਰਾਤਾ चक दस मार दालियां अंट ब्रांट लिखाई करा दो हेलो ला दोस्तो आ बकरी का सौदा होया लाल कलर वाली 10000 तो हुई है सेडे वाला मंडी ते गुरप्रीत ने बेची है दोस्तो पूरे 10000 दी ते लिखाई गुरप्रीत ने करवानी है 10000 दा सौदा है ते जेडे वीर अपने चैनल नु पहली बार देख रहे ने चैनल कर लो सबसक्राइब के नाल लगा बैल आलते कर लो ताकि आने वाली हर नवी वीडियो नोटिफिकेशन तुहाडे कोल सब तो पहला पहुँच सके तुसी घर बैठे वीडियो वेख के अपना पशु आसानी नाल वेच सको जुड़े रहो मान टीवी 04 दे नाल सेडे आले मंडी ते एक बकरी का सौदा होया ये थोनू दिखाने कि किड़े वीर को यह कि बी जी थोड़े को बी जी तो पिंड कि अपना बुरज हरी का सिविया को ठीक है ठीक है किन्ने नाग लिया बी पंद्रह सोलह नाग ठीक है तो ये फिर बकरी किनू बेचती तुम कर दे तुम ले ठीक है तो किन्ने का सौदा किया बी 12000 12000 ਦਾ ਠੀਕ ਹੈ ਠੀਕ ਹੈ ਤੇ ਗੱਬਣਾ ਕੇ ਖਾਲੀ ਹੈ ਬਈ ਇਹ ਗੱਬਣਾ ਲਾ ਗਿਆ ਤਾਂ ਇਹ ਮਹੀਨੇ ਦੀ ਆਪਾਂ ਖਾਲੀ ਕਰਕੇ ਦਿੱਤੀ ਹੈ ਖਾਲੀ ਕਰਕੇ ਦਿੱਤੀ ਹੈ ਬਈ ਬਣੀ ਵੈਸੇ ਬਣੀ ਵੀ ਆ ਠੀਕ ਆ ਲੱਗਦਾ ਤਾਂ ਗੱਬਣਾ ਬਈ ਬੱਕਰੀ ਲੱਗਦੀ ਹੈ ਕਿ ਗੱਬੜ ਬਣੀ ਵੀ ਹੈ ਜੀ ਠੀਕ ਹੈ ਠੀਕ ਹੈ ਚਲੋ ਬਈ ਦਿਓ ਪੈਸੇ ਫਿਰ ਠੀਕ ਹੈ ਜੀ ਵਾਹ ਜੀ ਸੌਦਾ ਹੋ ਗਿਆ ਤੇ ਸਾਈ ਹੋ ਗਈ ਬਾਈ ਜੀ ਹਰਾਂ ਦੀ ਤੇ ਆ ਬੱਕਰੀ ਹੈ ਜੀ ਬਹੁਤ ਵਧੀਆ ਭਾਅ ਨਾਲ ਸੌਦਾ ਹੋਇਆ ਚੰਗੀ ਹੈ ਬੱਕਰੀ बकरी का सौदा होया सेडे वाला मंडी ठीक है 12000
ਚੈਨਲ ਦੋਸਤੋ ਕਰ ਲਓ ਸਬਸਕ੍ਰਾਈਬ ਤੇ ਨਾਲ ਬੈਲ ਦਾ ਨਿਸ਼ਾਨ ਦਬਾ ਲਓ ਆਲ ਤੇ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਜੁੜੇ ਰਹੋ ਮਾਨ ਟੀਵੀ 04 ਦੇ ਨਾਲ ਪੱਠਾ ਬਾਈ ਜੀ ਦੋਨੇ ਬੱਕਰਾ ਡੱਬਾ ਬੱਕਰਾ ਦੋਸਤੋ ਦੇ ਲਾਲ ਪਾਠਾ ਜੀ ਸੌਦਾ ਹੋਣ ਲੱਗਾ ਸੇਡਾ ਸਿੰਗਲ ਬੱਕਰਾ ਮੰਡੀ ਤੇ ਲਓ ਜੀ ਚੂੜਾ ਇੱਕ ਪੱਟ ਤੇ ਇੱਕ ਬੱਕਰਾ ਲੈ ਕੇ ਆਇਆ ਬਾਈ ਤੋਂ ਪੁੱਛਦੇ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਆਪਣਾ ਕੰਧ ਵਾਲਾ ਜ਼ਿਲ੍ਹਾ ਫਰੀਦਕੋਟ ਅਤੇ ਬਾਜੇ ਖਾਣੇ ਦੇ ਨੇੜੇ ਰਹਿ ਜਾਂਦਾ ਅਤੇ ਸੇਡੇ ਵਾਲੇ ਅੱਜ ਫਿਰ ਮੰਡੀ 'ਤੇ ਆਏ ਹਾਂ ਬਾਈ ਅਤੇ ਦੋ ਨਾਗ ਲੈ ਕੇ ਆਏ ਜੀ ਅਤੇ ਪੱਠ ਦਾ ਕੀ ਮੁੱਲ ਆ ਬਾਈ 12,000 ਬਾਈ ਜੀ ਤੁਸੀਂ ਉਧਰਲੇ ਪਾਸੇ ਹੈ ਨਾਲ ਖੜ ਜਾਓ ਬਾਈ ਇਧਰਲੇ ਪਾਸੇ ਸਾਰੇ ਦਸਾਲਾ ਖਿੱਚ ਲੈ ਕੱਲੀ ਪੱਟ ਦਾ ਸੌਦਾ ਹੋਣ ਲੱਗਾ ਦੋਸਤੋ ਲੈ ਵੀ ਜਾਇਜ਼ ਰੁਪਈਆ ਨਾਲ ਦੱਸ ਦੇ ਵੀ ਕਿੰਨੇ ਦੀ ਦੇਗਾ ਬਾਈ ਚੱਲ 12,000 ਰੁਪਈਆ ਜਾਇਜ਼ ਮੁੱਲ ਤੇ ਆ ਕਿਉਂ ਵੀ ਫਿਰ 6,000 ਇਹਨਾਂ ਨੇ ਵੀ ਵਿਚਾਰਿਆਂ ਨੇ ਕੋਈ 10 ਰੁਪਈਏ ਬਣਾਉਣੇ ਆ ਯਾਰ ਉਹ ਗਾਂ ਇਹਨਾਂ ਦੀ ਕਿਸਮਤ ਰਹੇਗੀ ਬਣ ਨਾ ਬਣਨ ਦੀ ਵੀ ਵਿਕਣੀ ਨੀ ਬਾਈ ਲਿਸੀ ਆ ਤੇਰੀ ਪੱਠ ਪਤਲੀ ਆ ਪੱਠ ਤੇਰੀ ਕਿੱਥੇ ਰੱਖਿਆ ਇਹਨੂੰ ਐਂ ਤਾਂ ਦੱਸ ਦੇ ਮੰਗੀ ਜਾਓ ਮਾਲ ਮੁੱਲ ਹੀ ਮਿਲਣਾ ਬਾਈ ਕੋਈ ਬਚਾਟਾ ਨੀ ਕਰਦੇ ਪੈਸੇ ਬਹੁਤ ਲੱਗ ਗਏ ਇਦੋਂ ਵੱਧ ਨੀ ਪੈਸੇ ਵੱਟੀ ਦੇ ਜਿੰਨੀਆਂ ਮਰਜ਼ੀ ਮੰਡੀਆਂ ਵਿਖਾ ਲਈ ਲਿਖਾਈ ਇਹਨਾਂ ਦਾ ਪ੍ਰਵਾਦ ਨਾ ਪੁੱਛਿਆ ਨੀ ਮੈਂ ਲਿਖਾਈ ਲਿਖੂਈ ਇਹਨਾਂ ਦਾ ਨੀ ਬਾਈ ਯਾਰ 200 ਰੁਪਇਆ ਪੈਂਦਾ ਵੇਖ ਲਾ ਲਿਖਾਈ ਕਰਾ ਦਿੰਦੇ ਆ
ਲੈ ਬਾਈਆਂ ਤਾਂ ਮੈਂ ਪੁੱਛਿਆ ਵੀ ਨੀ, ਸਾਰੀ ਸੰਗਤ ਵੇਂਦੀ ਆ। ਕੱਢੀ ਬਾਹਰ ਨੂੰ ਕੱਢੀ, ਇੱਕ ਇੱਕ 7200 ਰੁਪਏ ਦੀ ਪੈਂਦੀ ਆ ਇਹਨਾਂ ਨੂੰ ਲਿਖਾਈ, ਇਹਨਾਂ ਮੁੰਡਿਆਂ ਨੇ ਕਰਾਉਣੀ ਆ। ਪੈਸਾ ਨਾ ਪਾਓ, ਪੈਸੇ ਦੀ ਗੁੰਜਾਇਸ਼ ਨਹੀਂ। ਕੋਈ ਨੀ, ਹੋਰ ਕਰ ਲੋ।